ਜਦੋਂ ਉਸ ਟਾਈਮ ਤੇ ਭਾਈ ਜਗਤਾਰ ਸਿੰਘ ਹਵਾਰਾ ਜੀ ਭਾਈ ਤਾਰਾ ਜੀ ਹੋਰ ਵੀ ਜਿਹੜੇ ਬੰਦੇ ਸਿੰਘ ਬੈਠੇ ਨੇ ਭਾਈ ਰਾਜੋਆਣਾ ਤੇ ਭਾਈ ਪਿਹੋਰਾ ਜੀ ਦਵਿੰਦਰ ਪਰਪਲਰ ਜੀ ਬੈਠੇ ਨੇ ਹੋਰ ਬੜੇ ਅਨੇਕਾ ਸਿੰਘ ਉਹਨਾਂ ਦੇ ਨਾਲ ਹੈਗੇ ਨੇ ਜਦੋਂ ਸੁਪਰੀਮ ਕੋਰਟ ਹਾਈ ਕੋਰਟ ਦੇ ਤਹਿਤ ਕਾਨੂੰਨ ਬਣਾਇਆ ਸਮਾਜ ਦੇ ਲਈ ਕਾਨੂੰਨ ਬਣਾਇਆਗਾ ਹੋਰਾਂ ਦੇ ਲਈ ਕਾਨੂੰਨ ਕਿਉਂ ਹੋਰ ਵੀ ਹੁੰਦਾ ਉਹਨਾਂ ਨੂੰ ਪ੍ਰੋਲ ਮਿਲ ਜਾਂਦੀ ਹੈ ਜਵਾਨ ਤਤੇ ਛੱਡਿਆ ਜਾਂਦਾ ਸਰਸੇ ਵਾਲੇ ਸਾਧ ਨੂੰ ਛੱਡਿਆ ਜਾਂਦਾ ਅਜੀ ਮਿਸ਼ਰਾ ਨੂੰ ਛੱਡਿਆ ਜਾਂਦਾ ਪਰ ਸਿੱਖਾਂ ਨਾਲ ਕਿਉਂ ਐਸਾ ਜਿਹੜਾ ਬਸ ਲੁਕੀ ਹੋ ਰਹੀ ਬੱਤੀ ਹੈ ਉਦੋਂ ਸੁਪਰੀਮ ਕੋਰਟ ਤੇ ਸੈਂਟਰ ਉਦੋਂ ਆਪਣੇ ਤਾਲੇ ਲਾ ਲਈ ਦੇ ਮੂੰਹ ਨੂੰ ਤੇ ਜਿੰਦੇ ਬੰਦ ਕਰ ਲੈਂਦੀ ਹੈ ਤੇ ਆਪਣੀਆਂ ਜਵਾਨਾਂ ਉਹਨਾਂ ਦੀਆਂ ਬੰਦ ਹੋ ਜਾਂਦੀਆਂ ਜਰਮਰੀ ਨੂੰ 26 ਨੂੰ ਕੱਲ ਨੂੰ ਇੱਥੇ ਕੇਸਰੀ ਮਾਰਚ ਅਸੀਂ ਕੱਲ ਨੂੰ ਵੱਡੇ ਰੂਪ ਦੇ ਵਿੱਚ ਜਿਹੜਾ ਕਟ ਕਰਨਾ ਹੈ ਬੰਦੀ ਸਿੰਘਾਂ ਦੀ ਰਿਹਾਈ ਬਾਤ ਦੇ ਆਪਣੇ ਉੱਥੇ ਵਿਰੋਧ ਦੇ ਵਿੱਚ ਜਾਂਦੇ ਨੇ ਤੇ ਉੱਥੇ ਨਾਹਰਾ ਲਾਉਂਦੇ ਨੇ ਤੇ ਉਹਨਾਂ ਦੇ ਬਾਲ ਖੁੱਲੇ ਜਾਂਦੇ ਨੇ ਤੇ ਉਹਨਾਂ ਦੇ ਮੱਥੇ ਉੱਤੇ ਲਹੂ ਚੱਲਦਾ ਹੈ ਯੂਵੇ ਸਾਡੇ ਸਿੱਖਾਂ ਦੇ ਨਾਲ ਕੱਲਾ ਜਿਹੜਾ ਬਤਿਹਰਾ ਹੋ ਰਿਹਾ ਅਗਸਰ ਰੂਹ ਹੋਵੇ ਮੇਰੇ ਬਲ ਲੱਖ ਵਾਹੇ ਕਿਆ ਕੀਜੇ ਕਹਿੰਦੇ ਲੱਖਾਂ ਬਾਹਾਂ ਵੀ ਨਹੀਂ ਕੁਝ ਕਰ ਸਕਦੀਆਂ ਜਦੋਂ ਗੁਰੂ ਦਾ ਹੱਥ ਹੋਵੇ ਗੁਰੂ ਦਾ ਥਾਪੜਾ ਹੋਵੇ ਇਸੇ ਮੋਰਚੇ ਨੂੰ ਸਮਰਪਤਾ ਉਹ ਸਿਰ ਤੇ ਕੱਪੜਾ ਬੰਨ੍ਹ ਕੇ ਤੇ ਪਹੁੰਚਿਆ ਹੋਇਆਗਾ ਸਾਡਾ ਮੋਰਚਾ ਲੱਗਿਆ ਹੋਇਆਗਾ ਮਹਾਰਾਜ ਕਿਰਪਾ ਕਰਨ ਤੇ ਕੱਲ ਨੂੰ 26 ਨੂੰ ਦਿੱਲੀ ਸੀਗੇ 26 ਜਨਵਰੀ ਨੂੰ ਕਿਉਂਕਿ ਸਰਕਾਰਾਂ ਸਾਨੂੰ ਜਿਹੜੀਆਂ ਨਿਆਂ ਨਹੀਂ ਦੇ ਰਹੀਆਂ ਉਸ ਦੇ ਬਾਅਦ ਸਾਡੇ ਨਾਲ ਬੱਸ ਰੁਕੀ ਹੋ ਰਹੀ ਹੈ ਤੇ ਇੱਥੇ ਜਿਹੜਾ ਅਜੇ ਮਿਸਰਾ ਨੂੰ ਲਖਵੀਰਪੁਰ ਖੀਰੀ ਦੇ ਵਿੱਚੋਂ ਉਹਨਾਂ ਨੂੰ ਛੱਡਿਆ ਜਾਂਦਾਗਾ ਉਹ 5-7 ਬੰਦੇ ਜਿਹੜੇ ਉਹਨਾਂ ਨੇ ਕਤਲ ਕੀਤੇ ਨੇ ਗੱਡੀ ਛਾੜ ਕੇ ਜੇ ਉਹਨਾਂ ਨੂੰ ਬੇਲ ਤੇ ਛੱਡਿਆ ਜਾਂਦਾ ਹੈ ਜਵਾਨ ਤੇ ਛੱਡਿਆ ਜਾਂਦਾ ਤਾਂ ਬੰਦੀ ਸਿੰਘਾਂ ਵਾਸਤੇ ਕਿਤੇ ਨਾ ਕਿਤੇ ਜਿਹੜਾ ਸੁਪਰੀਮ ਕੋਰਟ ਵੀ ਜਿਹੜੇ ਸੈਂਟਰ ਹੈ ਇਹ ਕੰਨੀ ਕਤਰਾ ਜਾਂਦੇ ਨੇ ਧੁਖ ਬਟਲੈਂ ਬਾਈ ਦੀਪ ਸਿੱਧੂ ਕਹਿੰਦਾ ਸੀ ਅਸੀਂ ਉਸ ਕੌਮ ਦੇ ਵਾਰਸ ਆ ਨਾ ਅਸੀਂ ਡਰਦੇ ਆ ਨਾ ਘਬਰਾਉਂਦੇ ਆ ਨਾ ਹੀ ਇਸੇ ਤੇ ਜੁਲਮ ਕਰਦੇ ਆ ਨਾ ਜੁਲਮ ਸਹੀ ਸਹਿਣਾ ਜੁਲਮ ਕਰਨਾ ਵੀ ਪਾਪਾ ਜੁਲਮ ਸਹਿਣਾ ਵੀ ਪਾਪ ਹੈ ਜੀਤੇ ਲਈ ਅਸੀਂ ਡਟੇ ਹੋ ਐਸ ਲਈ ਸਾਨੂੰ ਘਬਰਾਉਣ ਵਾਲੀ ਕੋਈ ਗੱਲ ਨਹੀਂ ਜਿਹੜਾ ਇਸ ਮੋਰਚ 'ਚ ਪਹੁੰਚਿਆ ਉਹ ਇਸ ਮੋਰਚ ਨੂੰ ਸਮਰਪਤਾ ਉਹ ਸਿਰ ਤੇ ਕੱਪੜਾ ਬੰਨ੍ਹ ਕੇ ਤੇ ਪਹੁੰਚਿਆ ਹੋਇਆਗਾ ਅਸੀਂ ਮੰਨ ਲੈਂਦੇ ਵੀ ਸਾਰਿਆਂ ਵਾਸਤੇ ਇੱਕੋ ਹੀ ਕਾਨੂੰਨ ਹੈ ਪਰ ਸਿੱਖਾਂ ਵਾਸਤੇ علیحدਾ ਕਾਨੂੰਨ ਬਣਾਈ ਬੈਠੇ ਨੇ ਆਪਣਾ ਸਤਿ ਸ੍ਰੀ ਅਕਾਲ ਦੋਸਤ ਮਮਨਿੰਦਰ ਸਿੰਘ ਤੇ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਅੱਜ ਅਸੀਂ ਪਹੁੰਚੇ ਹਾਂ ਮਹਾਲੀ ਕੌਮੀ ਮੋਰਚੇ ਤੇ ਜੋ 7 ਜਨਵਰੀ ਤੋਂ ਲੱਗਿਆ ਹੋਇਆ ਹੈ ਇੱਥੇ ਸਾਡੇ ਨਾਲ ਮੌਜੂਦ ਨੇ ਜਕਸੀਰ ਸਿੰਘ ਜੀ ਜੱਗੀ ਬਾਬਾ ਜੀ ਜਿਨ੍ਹਾਂ ਨੂੰ ਜੱਗੀ ਬਾਬਾ ਜੀ ਨਾਲ ਜਾਣਦੇ ਆ ਤੇ ਕੱਲ ਨੂੰ 26 ਜਨਵਰੀ ਐ ਤੇ ਪਿਛਲੀ 26 ਜਨਵਰੀ ਨੂੰ ਸਾਲ ਹੋ ਚੁੱਕਿਆ ਜੋ ਦਿੱਲੀ ਮੋਰਚਾ ਲੱਗਿਆ ਸੀ ਕਿਸਾਨ ਅੰਦੋਲਨ ਹੋਇਆ ਸੀਗਾ ਜਿਹੜਾ ਦਿੱਲੀ ਮੋਰਚਾ ਲੱਗਿਆ ਸੀ ਕਿਸਾਨਾਂ ਦਾ ਸੰਘਰਸ਼ ਸੀਗਾ ਜੋ ਬਿੱਲੀ ਮਾਫ ਹੋ ਰਹੇ ਸੀਗੇ ਉਹਨਾਂ ਦੇ ਹੱਕ ਵਿੱਚ ਲੱਗਿਆ ਸੀ ਤੇ 26 ਜਨਵਰੀ ਨੂੰ ਪ੍ਰੇਡ ਨਿਕਲਦੀ ਐ ਤੇ ਉਹਦੇ ਇੱਕ ਬਾਬਾ ਜੀ ਬਾਬਾ ਜੀ ਆਪਣੇ ਉੱਥੇ ਵਿਰੋਧ ਦੇ ਵਿੱਚ ਜਾਂਦੇ ਨੇ ਤੇ ਉੱਥੇ ਨਾਹਰਾ ਲਾਉਂਦੇ ਨੇ ਤੇ ਉਹਨਾਂ ਦੇ ਵਾਲ ਖੁੱਲੇ ਜਾਂਦੇ ਨੇ ਤੇ ਉਹਨਾਂ ਦੇ ਮੱਥੇ ਉੱਤੇ ਲਹੂ ਚੱਲਦਾ ਹੈ ਸਾਡੇ ਨਾਲ ਉਹੀ ਬਾਬਾ ਜੀ ਮੌਜੂਦ ਨੇ ਤੁਸੀਂ ਸ਼ਾਇਦ ਪਛਾਣ ਸਕਦੇ ਹੋ ਉਹਨਾਂ ਨੂੰ ਤੇ ਉਹਨਾਂ ਦੇ ਹੁਣ ਦਮਾਲਾ ਬੰਨਿਆ ਹੋਇਆ ਸਜਾਇਆ ਹੋਇਆ ਹੈ ਸਤਿ ਸ੍ਰੀ ਅਕਾਲ ਬਾਬਾ ਜੀ ਖਾਲਸਾ ਵਾਹੀ ਗੁਰੂ ਜੀ ਫਤਿਹ ਜੀ ਬਾਬਾ ਜੀ ਇਹ ਤੁਹਾਡਾ ਸਾਲ ਹੋ ਚੁੱਕਿਆ ਨਾ ਜੀ ਤੁਹਾਡੀ ਪਛਾਣ ਜਿੱਥੋਂ ਤੁਹਾਡੀ ਬਣੀ ਹੈ ਜੱਗੀ ਬਾਬਾ ਦੇ ਨਾਲ ਤੁਹਾਨੂੰ ਜਾਣਦੇ ਨੇ ਲੋਕ ਤੇ ਉਹ 26 ਜਨਵਰੀ ਦੀ ਪਰੇਡ ਉਹਦੇ ਬਾਰੇ ਸਾਨੂੰ ਦੱਸੋ ਜੀ 26 ਜਨਵਰੀ ਦੀ ਜਿਹੜੀ ਪ੍ਰੇਡ ਪਿੱਛੇ ਪਦਿੱਲੀ ਕੀਤੀ ਸੀਗੀ 26 ਜਨਵਰੀ ਨੂੰ ਅਸੀਂ ਦਿੱਲੀ ਸੀਗੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸੀ ਮੋਰਚਾ ਲਾਈ ਅੱਜ ਅਸੀਂ ਚੰਡੀਗੜ੍ਹ ਦੀਆਂ ਜਿਹੜੇ ਮਹਾਲੀ ਦੇ ਵਿੱਚ ਜਿਹੜੀਆਂ ਅਸੀਂ ਇੱਥੇ ਬਾਰਡਰਾਂ ਤੇ ਇੱਥੇ ਵੀ ਡਟੇ ਹੋਿਆਂਗੇ ਤੇ ਬੰਦੀ ਸਿੰਘਾਂ ਦੇ ਰਿਹਾਈ ਵਾਸਤੇ ਸਾਡਾ ਮੋਰਚਾ ਲੱਗਿਆ ਹੋਇਆਗਾ ਮਹਾਰਾਜ ਕਿਰਪਾ ਕਰਨ ਤੇ ਕੱਲ ਨੂੰ 26 ਨੂੰ ਦਿੱਲੀ ਸੀਗੇ 26 ਜਨਵਰੀ ਨੂੰ ਤੇ 26 ਨੂੰ ਕੱਲ ਨੂੰ ਇੱਥੇ ਕੇਸਰੀ ਮਾਰਚ ਅਸੀਂ ਕੱਲ ਨੂੰ ਵੱਡੇ ਰੂਪ ਦੇ ਵਿੱਚ ਜਿਹੜਾ ਇਕੱਠ ਕਰਨਾ ਹੈ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਕਿਉਂਕਿ ਸਰਕਾਰਾਂ ਸਾਨੂੰ ਜਿਹੜੀਆਂ ਨਿਆਂ ਨਹੀਂ ਦੇ ਰਹੀਆਂ ਉਸ ਦੇ ਬਾਵਜੂਦ ਵੀ ਸਾਡੇ ਸਿੱਖਾਂ ਦੇ ਨਾਲ ਕੱਲਾ ਜਿਹੜਾ ਬੇਤੀਰਾ ਹੋ ਰਿਹਾਗਾ ਸਾਡੇ ਨਾਲ ਬਦਸਲੂਕੀ ਹੋ ਰਹੀ ਹੈ ਤੇ ਇੱਥੇ ਜਿਹੜਾ ਅਜੇ ਮਿਸਰਾ ਨੂੰ ਲਖਵੀਰਪੁਰ ਖੀਰੀ ਦੇ ਵਿੱਚ ਉਹਨਾਂ ਨੂੰ ਛੱਡਿਆ ਜਾਂਦਾਗਾ ਉਹ ਪੰਜ ਸੱਤ ਬੰਦੇ ਜਿਹੜੇ ਉਹਨਾਂ ਨੇ ਕਤਲ ਕੀਤੇ ਨੇ ਗੱਡੀ ਛਾੜ ਕੇ ਜੇ ਉਹਨਾਂ ਨੂੰ ਬੇਲ ਤੇ ਛੱਡਿਆ ਜਾਂਦਾ ਜਵਾਨ ਤੇ ਛੱਡਿਆ ਜਾਂਦਾ ਤਾਂ ਬੰਦੀ ਸਿੰਘਾਂ ਵਾਸਤੇ ਕਿਤੇ ਨਾ ਕਿਤੇ ਜਿਹੜਾ ਸੁਪਰੀਮ ਕੋਰਟ ਵੀ ਜਿਹੜੇ ਸੈਂਟਰ ਹੈ ਇਹ ਕੰਨੀ ਕਤਰਾ ਜਾਂਦੇ ਨੇ ਚੁੱਪ ਬੱਟ ਲੈਂਦੇ ਨੇ ਅਸੀਂ ਉਹਨਾਂ ਵਾਸਤੇ ਜਿਹੜਾ ਲੰਮਾ ਮੋਰਚਾ ਲੱਗਿਆ ਹੋਇਆ ਤੇ 26 ਜਨਵਰੀ ਨੂੰ ਅਸੀਂ ਦਿੱਲੀ ਦੀਆਂ ਬਰੂਹਾਂ ਤੇ ਸੀ ਇੰਨਾ ਤਸੱਦਦ ਸਾਡੇ ਨਾਲ ਹੋਇਆ ਉਸ ਟਾਈਮ ਤੇ ਵੀ ਸੀ ਨਹੀਂ ਘਬਰਾਏ ਗੁਰੂ ਦੀ ਕਿਰਪਾ ਸਤਕਾ ਜਕਾਰੇ ਛੱਡੇ ਦਸਤਾਰ ਦੇ ਲਈ ਇੰਨਾ ਟਾਈਮ ਉੱਥੇ ਖੜੇ ਰਹੇ ਅੱਜ ਵੀ ਅਸੀਂ ਬੰਦੀ ਸਿੰਘਾਂ ਦੇ ਵਾਸਤੇ ਸੀ ਇੱਥੇ ਮਹਾਲੀ ਦੇ ਵਿੱਚ ਮੋਰਚਾ ਲੱਗਿਆ ਹੋਇਆ ਲੰਮੇ ਅਨਮਿੱਥੇ ਸਮੇਂ ਦੇ ਲਈ ਤੇ ਅਜੇ ਸੀ 26 ਜਨਵਰੀ ਨੂੰ ਅੱਜ ਵੀ ਮੋਰਚੇ ਦੇ ਵਿੱਚ ਐ ਉਸ ਟਾਈਮ ਦਿੱਲੀ ਮੋਰਚੇ ਸੀ 26 ਜਨਵਰੀ ਨੂੰ ਅੱਜ ਅਸੀਂ ਚੰਡੀਗੜ੍ਹ ਦੇ ਵਿੱਚ ਮੌਜੂਦ ਐ ਇਸ ਵਕਤ ਜੇਕਰ ਬਾਬਾ ਜੀ ਤੁਸੀਂ ਉਸ ਟਾਈਮ ਪਿੱਛੇ हट ਜਾਂਦੇ ਤਾਂ ਤੁਹਾਡੀ ਇਹ ਪਹਿਚਾਣ ਨਹੀਂ ਹੁੰਦੀ ਸੀ ਅੱਜ ਤੁਹਾਨੂੰ ਮੋਰਚੇ ਦੇ ਵਿੱਚ ਹਰੇਕ ਔਰ ਜਾਣਦਾ ਹੈ ਵੀ ਉਹ ਉਹੀ ਨੇ ਜਿਹੜੇ ਡੱਟ ਕੇ ਖੜਿਆ ਸੀਗਾ ਕਿਸਾਨੀ ਅਧੋਲਾਂ ਦੇ ਵਿੱਚ ਤੁਹਾਨੂੰ ਜੱਗੀ ਬਾਬਾ ਜੀ ਦੇ ਨਾਮ ਨਾਲ ਸਾਰੇ ਜਾਣਦੇ ਨੇ ਤੁਹਾਨੂੰ ਮਿਲਣ ਆਉਂਦੇ ਨੇ ਤੁਹਾਨੂੰ ਤੁਹਾਡੇ ਨਾਲ ਫੋਟੋਆਂ ਕਰਵਾਉਂਦੇ ਨੇ ਤੇ ਤੁਹਾਡੇ ਹੁਣ ਤੱਕ ਸਟicker ਵੀ ਬਣ ਚੁੱਕੇ ਨੇ ਪਹਿਲਾਂ ਸਿੰਗਰਾਂ ਦੇ ਹੁੰਦੇ ਸੀਗੇ ਜਿਵੇਂ ਤੁਸੀਂ ਜਾਣਦੇ ਹੋ ਨਾ ਜਰਨੈਲ ਸਿੰਘ ਪਿੰਡ ਨਾਲ ਦੇ ਸਟicker ਸੀਗੇ ਜਿਵੇਂ ਬੱਬੂ ਮਾਨ ਦਾ ਸਟicker ਬਣੇ ਹੋਏ ਨੇ ਬਾਬਾ ਜਰਨੈਲ ਸਿੰਘ ਪਿੰਡ ਨਾਲ ਦੇ ਸਟicker ਬਣੇ ਹੋਏ ਨੇ ਨਾ ਤੇ ਬਾਕੀ ਸਰਤਾਜ ਦੇ ਸਟicker ਬਣੇ ਹੋ ਨੇ ਤੇ ਤੁਹਾਡੇ ਵੀ ਸਟicker ਕਾਫੀ ਗੱਡੀਆਂ ਉੱਤੇ ਲਾਏ ਨੇ ਮੁੰਡਿਆਂ ਨੇ ਜਿਹੜੇ ਅੱਜ ਕੱਲ ਦੇ ਨੌਜਵਾਨ ਨੇ ਬਾਬਾ ਜੀ ਫਿਰ ਡਰ ਨਹੀਂ ਲੱਗਿਆ ਜਦੋਂ ਤੁਸੀਂ ਇਹ ਮੂਰੇ ਆਏ ਸੀਗੇ ਵੀ ਉੱਥੋਂ ਜਾਨ ਨੂੰ ਖਤਰਾ ਸੀ ਤੁਹਾਡੇ ਤੁਹਾਡੇ ਸੱਟ ਵੀ ਸੱਟ ਵੀ ਲੱਗੀ ਸਿਰ ਦੇ ਵਿੱਚ ਵਾਲ ਖੁੱਲੇ ਗਏ ਸੀ ਡਰ ਨਹੀਂ ਲੱਗਿਆ ਉਸ ਟਾਈਮ ਦੇਖੋ ਜੀ ਜਦੋਂ ਗੁਰੂ ਹੋ ਹੋਵੇ ਮੇਰੇ ਬਲ ਲੱਖ ਵਾਹੇ ਕਿਆ ਕੀਜੈ ਕਹਿੰਦੇ ਲੱਖਾਂ ਬਾਹਾਂ ਵੀ ਨਹੀਂ ਕੁਝ ਕਰ ਸਕਦੀਆਂ ਜਦੋਂ ਗੁਰੂ ਦਾ ਹੱਥ ਹੋਵੇ ਗੁਰੂ ਦਾ ਥਾਪੜਾ ਹੋਵੇ ਜਿਹੜੀ ਉਸ ਟਾਈਮ ਤੇ ਜਿਹੜੀ ਘਟਨਾ ਵਰਤਦੀ ਆ ਸਭ ਗੁਰੂ ਦੀ ਖੇਡ ਐ ਜਿਸ ਨੂੰ ਨਮਾਣਿਆ ਨੂੰ ਮਾਨ ਬਖਸ਼ਿਆ ਗੁਰੂ ਨੇ ਆਪ ਤਸੱਦਤ ਸਹਿ ਕੇ ਨਮਾਣਿਆ ਨੂੰ ਮਾਨ ਬਖਸ਼ਿਆ ਇਹ ਸਾਰੀ ਕਲਾ ਵਰਤਾਰਾ ਜਬ ਬਈ ਦੀਪ ਸਿੱਧੂ ਕਹਿੰਦਾ ਸੀ ਕਲਾ ਵਰਤਦੀ ਐ ਵਰਤਾਰੇ ਵਰਤਦੇ ਨੇ ਉਹ ਅੱਜ ਵੀ ਵਰਤਦੇ ਨੇ ਇਹ ਵਰਤਾਰਾ ਗੁਰੂ ਸਾਹਿਬ ਵਰਤਾਲ ਲੈਂਦਾ ਜਿਉ ਕਿਸੇ ਨਮਾਣੇ ਨੂੰ ਮਾਨ ਬਖਸ਼ਣਾ ਹੁੰਦਾ ਗੁਰੂ ਤਸੱਦਤ ਸਹਿ ਕੇ ਸਾਨੂੰ ਨਮਾਣਿਆ ਨੂੰ ਮਾਨ ਬਖਸ਼ਦਾ ਸਾਨੂੰ ਕੋਈ ਖੌਫ ਨਹੀਂ ਕੋਈ ਭੈ ਨਹੀਂ ਅੱਜ ਵੀ ਅਸੀਂ ਮੋਰਚੇ ਦੇ ਵਿੱਚ ਡਟੇ ਹੋਏ ਹਾਂ ਜਿਹੜੇ ਸਾਡੇ ਭਰਾ ਲੰਮਾ ਸਮਾਂ ਜੇਲ੍ਹਾਂ ਦੇ ਵਿੱਚ ਬੰਦ ਕੀਤੇ ਨੇ ਜੋ ਸੁਪਰੀਮ ਕੋਰਟ ਹਾਈ ਕੋਰਟ ਸਜ਼ਾ ਸੁਣਾ ਦਿੰਦੀ ਹੈ ਉਸ ਦੇ ਤਹਿਤ ਕਾਨੂੰਨ ਨੂੰ ਸਿੱਕੇ ਹਾਈ ਕੋਰਟ ਸੁਪਰੀਮ ਕੋਰਟ ਨੇ ਟੰਗਿਆ ਹੋਇਆ ਨਾ ਕਿ ਅਸੀਂ ਟੰਗਿਆ ਜਦੋਂ ਸੁਪਰੀਮ ਕੋਰਟ ਹਾਈ ਕੋਰਟ ਸਜ਼ਾ ਸੁਣਾਉਂਦੀ ਹੈ ਉਹ 14 ਸਾਲਾਂ ਦੀ ਹੋਵੇ 16 ਦੀ ਹੋਵੇ ਜਦੋਂ ਉਸ ਟਾਈਮ ਤੇ ਭਾਈ ਜਗਤਾਰ ਸਿੰਘ ਹਵਾਰਾ ਜੀ ਭਾਈ ਤਾਰਾ ਜੀ ਹੋਰ ਵੀ ਜਿਹੜੇ ਬੰਦੀ ਸਿੰਘ ਬੈਠੇ ਨੇ ਭਾਈ ਰਾਜੋਆਣਾ ਤੇ ਭਾਈ ਪਿਓਰਾ ਜੀ ਦਵਿੰਦਰਪੁਰ ਭੁੱਲਰ ਜੀ ਬੈਠੇ ਨੇ ਹੋਰ ਬੜੇ ਅਨੇਕਾ ਸਿੰਘ ਉਹਨਾਂ ਦੇ ਨਾਲ ਹੈਗੇ ਨੇ ਜਦੋਂ ਸੁਪਰੀਮ ਕੋਰਟ ਹਾਈ ਕੋਰਟ ਦੇ ਤਹਿਤ ਕਾਨੂੰਨ ਬਣਾਇਆ ਸਮਾਜ ਦੇ ਲਈ ਕਾਨੂੰਨ ਬਣਾਇਆਗਾ ਤੋ ਉਸ ਟਾਈਮ ਤੇ ਜੇ ਹੋਰਾਂ ਦੇ ਲਈ ਕਾਨੂੰਨ ਕਿਉਂ ਹੋਰ ਵੀ ਹੁੰਦਾ ਉਹਨਾਂ ਨੂੰ ਪ੍ਰੋਲ ਮਿਲ ਜਾਂਦੀ ਹੈ ਜਵਾਨ ਤਤੇ ਛੱਡਿਆ ਜਾਂਦਾ ਸਰਸੇ ਵਾਲੇ ਸਾਧ ਨੂੰ ਛੱਡਿਆ ਜਾਂਦਾ ਅਜੀ ਮਿਸ਼ਰਾ ਨੂੰ ਛੱਡਿਆ ਜਾਂਦਾ ਪਰ ਸਿੱਖਾਂ ਨਾਲ ਕਿਉਂ ਐਸਾ ਜਿਹੜਾ ਬਸਲੂਕੀ ਹੋ ਰਹੀ ਹੈ ਅਸੀਂ ਇਸ ਦੇ ਤਹਿਤ ਜੇ ਸੁਪਰੀਮ ਕੋਰਟ ਹਾਈ ਕੋਰਟ ਚੰਗੀ ਤਰ੍ਹਾਂ ਸਾਨੂੰ ਨਿਆਂ ਦਿੰਦਾ ਤਾਂ ਜਿਹਦੇ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਸੀਗੀ ਜੋ ਸਜ਼ਾ ਸੁਪਰੀਮ ਕੋਰਟ ਹਾਈ ਕੋਰਟ ਸੁਣਾਉਂਦਾਗਾ ਤੇ ਉਸ ਟਾਈਮ ਤੇ ਜਦੋਂ ਉਹਨਾਂ ਦੀ ਸਜ਼ਾ ਪੂਰੀ ਹੋ ਗਈ ਸੀ ਉਹਦੇ ਉਹਨਾਂ ਨੂੰ ਛੱਡਣਾ ਸੀ ਅਸੀਂ ਮੰਨ ਲੈਂਦੇ ਵੀ हां सुप्रीम कोर्ट हाई कोर्ट ਸਾਡੇ ਨਾਲ ਵੀ ਆਮ ਮਨੁੱਖਾਂ ਦੇ ਨਾਲ ਜੋ ਸਾਰਿਆਂ ਵਾਸਤੇ ਇੱਕ ਕਾਨੂੰਨ ਹੈ ਅਸੀਂ ਮੰਨ ਲੈਂਦੇ ਵੀ ਸਾਰਿਆਂ ਵਾਸਤੇ ਇੱਕੋ ਹੀ ਕਾਨੂੰਨ ਹੈ ਪਰ ਸਿੱਖਾਂ ਵਾਸਤੇ علیحدਾ ਕਾਨੂੰਨ ਬਣਾਈ ਬੈਠੇ ਨੇ ਆਪਣਾ ਸਿੱਖਾਂ ਨੂੰ ਛੱਡਿਆ ਨਹੀਂ ਜਾਂਦਾ ਜਦੋਂ ਸਾਡੀ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ ਉਦੋਂ ਸੁਪਰੀਮ ਕੋਰਟ ਤੇ ਸੈਂਟਰ ਉਦੋਂ ਆਪਣੇ ਤਾਲੇ ਲਾ ਲਈ ਜਮੂ ਨੂੰ ਤੇ ਜਿੰਦੇ ਬੰਦ ਕਰ ਲੈਂਦੀ ਹੈ ਤੇ ਆਪਣੇ ਜਵਾਨਾਂ ਉਹਨਾਂ ਦੀਆਂ ਬੰਦ ਹੋ ਜਾਂਦੀਆਂ ਨੇ ਬਾਬਾ ਜੀ ਹੁਣ ਜਿਵੇਂ ਤੁਸੀਂ ਨੇ 26 ਜਨਵਰੀ ਦੀ ਕੀਤਾ ਸੀ ਪਿਛਲੇ ਸਾਲ ਨਾਲ ਜੇ ਅੱਗੇ ਹੋਏ ਸੀ ਤੇ ਕੱਲੂ ਰੋਸ ਮਾਰਚ ਨਿਕਲ ਰਿਹਾ ਹੁਣ ਤੁਸੀਂ ਹੁਣ ਵੀ ਦੁਬਾਰੇ ਵੀ ਅੱਗੇ ਅੱਗੇ ਹੋ ਕੇ ਲੜੂਗੇ ਪਹਿਲਾਂ ਵਾਂਗੇ ਦੇਖੋ ਜੀ ਜਦੋਂ ਘਰਾਂ ਤੋਂ ਅਸੀਂ ਚੱਲ ਕੀ ਆਂਗੇ ਜੇ ਸਾਨੂੰ ਕੋਈ ਖੌਫ ਹੁੰਦਾ ਕਿਸੇ ਸੈਂਟਰ ਦਾ ਜਾਂ ਕਿਸੇ ਹੋਰ ਦਾ ਸਾਨੂੰ ਭੈ ਹੁੰਦਾ ਕਿਸੇ ਆਮ ਕੋਈ ਅਸੀਂ ਇੱਥੇ ਆਉਣੇ ਨਹੀਂ ਸੀ ਇੱਥੇ ਮਰਜੀਬੜੇ ਮਰਜੀਬੜਿਆਂ ਦੀ ਕੌਮ ਐ ਇਹ ਕਿਉਂਕਿ ਸਾਡੇ ਤਾਂ ਜਿਹੜੇ ਪੁਰਖਾਂ ਦੇ ਸੀਸ ਤੇ ਆਰੇ ਚੱਲ ਗਏ ਨੇ ਨਿੱਕੇ ਜਿੰਦਾ ਵੱਡੇ ਸਾਕੇ ਬਾਬਾ ਫਤਿਹ ਸਿੰਘ ਬਾਬਾ ਜੋਰਾਵਰ ਸਿੰਘ ਜਿਉਂਦੇ ਨੀਹਾਂ ਦੇ ਵਿੱਚ ਚਣੇ ਗਏ ਅਸੀਂ ਉਸ ਕੌਮ ਦੇ ਵਾਰਿਸ ਐ ਅਸੀਂ ਕੋਈ ਡੋਲਣ ਵਾਲੇ ਨਹੀਂ ਮਹਾਰਾਜ ਗੁਰੂ ਕਿਰਪਾ ਸਾਡੇ ਸਿਰ ਤੇ ਹੱਥ ਰੱਖਣ ਅਸੀਂ ਆਪਣੀ ਕੌਮ ਲਈ ਸਾਡੇ ਵੱਡਿਆਂ ਨੇ ਘਾਲਣਾ ਘਾਲੀਆਂ ਭਾਈ ਤਾਰੂ ਸਿੰਘ ਵਰਗਿਆਂ ਦੇ ਖੋਪੜ ਲਹਾ ਲੈ ਆਪਣੀ ਕੌਮ ਖਾਤਰ ਆਪਦੇ ਇਸਤ ਖਾਤਰ ਆਪਣੇ ਸਿਰ ਦੀਆਂ ਦਸਤਾਰਾਂ ਖਾਤਰ ਸਾਡੇ ਘਰ ਦੇ ਚਿਰਾਗ ਬਲਦੇ ਰੱਖਣ ਵਾਸਤੇ ਪੂਰੀ ਮਨੁੱਖਤਾ ਦੇ ਚਿਰਾਗ ਬਲਦੇ ਰੱਖਣ ਵਾਸਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਘਰ ਦੇ ਚਿਰਾਗ ਬੁਝਾ ਕੇ ਪੂਰੀ ਮਨੁੱਖਤਾ ਦੇ ਚਿਰਾਗ ਬਲਦੇ ਰੱਖਣ ਵਾਸਤੇ ਗੁਰੂ ਗੋਬਿੰਦ ਸਿੰਘ ਨੇ ਆਪਣੇ ਘਰ ਦੇ ਚਿਰਾਗ ਬੁਝਾ ਲਏ ਐਸਾ ਪਗੰਬਰ ਕੋਈ ਨਹੀਂ ਹੋਇਆ ਅਸੀਂ ਉਸ ਕੌਮ ਦੇ ਵਾਰਸ ਆ ਨਾ ਅਸੀਂ ਡਰਦੇ ਆ ਨਾ ਘਬਰਾਉਂਦੇ ਆ ਨਾ ਹੀ ਇਸੇ ਤੇ ਜੁਲਮ ਕਰਦੇ ਆ ਨਾ ਜੁਲਮ ਅਸੀਂ ਸਹਿਨੇ ਆ ਜੁਲਮ ਕਰਨਾ ਵੀ ਪਾਪਾ ਜੁਲਮ ਸਹਿਣਾ ਵੀ ਪਾਪ ਹੈ ਜਿਹਦੇ ਲਈ ਅਸੀਂ ਡਟੇ ਹੋਏ ਆ ਇਸ ਲਈ ਸਾਨੂੰ ਘਬਰਾਉਣ ਵਾਲੀ ਕੋਈ ਗੱਲ ਨਹੀਂ ਜਿਹੜਾ ਇਸ ਮੋਰਚ 'ਚ ਪਹੁੰਚਿਆ ਇਸੇ ਮੋਰਚੇ ਨੂੰ ਸਮਰਪਤਾ ਉਹ ਸਿਰ ਤੇ ਕੱਪੜਾ ਬੰਨ੍ਹ ਕੇ ਤੇ ਪਹੁੰਚਿਆ ਹੋਇਆਗਾ ਅਸੀਂ ਸ਼ਾਂਤਮਈ ਪੀਸਫੁਲ ਤਰੀਕੇ ਦੇ ਨਾਲ ਅਸੀਂ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਇਸ ਦੇ ਤਹਿਤ ਤੋਂ ਉਹਨਾਂ ਦੇ ਜਿਹੜੇ ਸਾਡੇ ਭਰਾ ਬੰਦੀ ਬਣਾ ਕੇ ਰੱਖੇ ਨੇ ਜੋ ਸਜ਼ਾ ਸੁਣਾਈ ਗਈ ਸੀ ਉਸ ਸਜ਼ਾ ਦੇ ਤਹਿਤ ਉਹਦੋਂ ਉਹਨਾਂ ਨੂੰ ਛੱਡਣਾ ਚਾਹੀਦਾ ਸੀ ਸਾਨੂੰ ਮੋਰਚੇ ਲਾਉਣ ਦੀ ਕੋਈ ਲੋੜ ਨਾ ਪੈਂਦੀ ਆਮ ਪਬਲਿਕ ਨੂੰ ਕਿਸੇ ਨੂੰ ਪਰੇਸ਼ਾਨ ਕਰਨ ਦੀ ਸਾਨੂੰ ਕੋਈ ਲੋੜ ਨਹੀਂ ਸੀ ਪੈਣੀ ਅਸੀਂ ਮੀ ਉਤਵਾਰਸ ਹੋ ਰਹੀ ਹੈ ਬਾਹਰਸ ਦੇ ਟਾਈਮ ਤੇ ਅਸੀਂ ਸੜਕਾਂ ਤੇ ਰੋੜਾਂ ਤੇ ਉਤਰੇ ਹੋਏ ਆ ਜੇ ਸੁਪਰੀਮ ਕੋਰਟ ਨਿਆਂ ਕਰਦੀ ਜੇ ਕਾਨੂੰਨ ਸਹੀ ਹੁੰਦਾ ਸਾਰੇ ਸਾਰੇ ਸਮਾਜ ਵਾਸਤੇ ਅਸੀਂ ਮੰਨ ਲੈਂਦੇ ਜਿੱਦੇ ਸਦਾ ਸਜ਼ਾ ਸੁਣਾਈ ਗਈ ਸੀ ਉਹਨਾਂ ਨੂੰ ਜਦੋਂ ਪੂਰੀ ਹੋ ਗਈ ਸੀ ਉਹਦੇ ਛੱਡਣਾ ਸੀ ਉਹਦੇ ਤਹਿਤ ਜਿਹੜੀ ਸਜ਼ਾ ਪੂਰੀ ਕਰਤੀ ਪੂਰੀ ਹੋ ਚੁੱਕੀ ਸੀ ਉਸ ਤੋਂ ਲੰਮਾ ਪਰਚੇ ਪਾ ਕੇ ਉਹਨਾਂ ਤੋਂ ਜਿਹੜਾ ਢੱਕਿਆ ਹੋਇਆ ਜੇਲ੍ਹਾਂ ਦੇ ਵਿੱਚ ਕਿਤੇ ਨਾ ਕਿਤੇ ਜਿਹੜੀ ਇਹ ਸਰਕਾਰ ਹਾਈ ਕੋਰਟ ਇਹ ਸੈਂਟਰ ਦੇ ਅਧੀਨ ਕਿਸੇ ਏਜੰਸੀਆਂ ਦੇ ਅਧੀਨ ਹੋ ਕੇ ਚੱਲ ਰਹੀ ਹੈ ਜੇ ਛੱਡਿਆ ਜਾਂਦਾ ਸੀ ਮੰਨ ਲੈਂਦੇ ਜੇ ਸੁਪਰੀਮ ਕੋਰਟ ਹਾਈ ਕੋਰਟ ਸਾਡੇ ਸਾਰਿਆਂ ਵਾਸਤੇ ਕਾਨੂੰਨ ਇੱਕ ਬਣਾਇਆ ਇੱਕ ਦੇ ਤਹਿਤ ਚੱਲ ਰਹੀ ਹੈ ਕਾਨੂੰਨ ਨੂੰ ਆਪ ਹੀ ਉਹਨਾਂ ਨੇ ਜਿਹੜਾ ਸਿੱਕੇ ਟੰਗਿਆ ਹੋਇਆ ਨਾ ਕੋਈ ਐਸੇ ਟੰਗਿਆ ਨਾ ਸਾਨੂੰ ਕੋਈ ਰੋੜਾਂ ਤੇ ਬੈਠਣ ਦੀ ਕੋਈ ਲੋੜ ਸੀ ਜੇ ਸਾਡੇ ਭਰਾ ਨੂੰ ਜਦੋਂ ਸਜ਼ਾ ਸੁਣਾਈ ਗਈ ਤੇ ਸਜ਼ਾ ਜਦੋਂ ਪੂਰੀ ਹੋ ਗਈ ਸੀ ਉਹਨੂੰ ਛੱਡ ਦੇਣਾ ਚਾਹੀਦਾ ਸੀ ਸਾਨੂੰ ਰੋਡ ਜਾਮ ਕਰਨ ਦੀ ਕੋਈ ਲੋੜ ਨਹੀਂ ਸੀ ਪੈਣੀ ਤੇ ਬਾਬਾ ਜੀ ਹੁਣ ਕੱਲ ਦਾ ਪਲਾਨ ਕੀ ਹੋਵੇਗਾ ਜੀ ਕੱਲ ਰੋਸ ਮਾਰਚ ਨਿਕਲ ਰਿਹਾ ਹੈ 11 ਵਜੇ ਪਲੈਨਿੰਗਾਂ ਹੋ ਰਹੀਆਂ ਨੇ ਅੱਜ ਰਾਤ ਨੂੰ ਪਲੈਨਿੰਗਾਂ ਹੋਣਗੀਆਂ ਫਿਰ ਰੋਡ ਮੈਪ ਚੰਡੀਗੜ੍ਹ ਵਿੱਚ ਜਾਏਗਾ ਹੁਣ ਬੈਰੀਗੇਡ ਲੱਗੇ ਹੋਏ ਨੇ ਦੇਖੋ ਜੀ ਜਿਹੜੇ ਸਾਡੇ ਭਾਈ ਜਗਤਾਰ ਸਿੰਘ ਹਵਾਰਾ ਜੀ ਦਾ ਜਿਵੇਂ ਹੁਕਮ ਸੰਗਤ ਨੂੰ ਹੁਕਮ ਹੋਊਗਾ ਅਸੀਂ ਜਿਹੜਾ ਕਰਨਾ ਜਿੱਥੇ ਤੱਕ ਸਾਨੂੰ ਕਿਹਾ ਵੀ ਜਿੱਥੇ ਤੱਕ ਮੈਪ ਰੋਡ ਦਿੱਤਾ ਗਿਆ ਉੱਥੇ ਤੱਕ ਅਸੀਂ ਜਿਹੜਾ ਪ੍ਰੋਟੈਸਟ ਕਰਾਂਗੇ ਅੱਗੇ ਇਹ ਸਾਡਾ ਇੱਕ ਜਿਹੜਾ ਹੈਗਾ ਵੀ ਉਹਨਾਂ ਨੂੰ ਇੱਕ ਕੇਸਰੀ ਮਾਰਚ ਤੇ ਕਾਲੇ ਝੰਡੇ ਕਾਲੇ ਝੰਡੇ ਇਸ ਕਰਕੇ ਅਸੀਂ ਰੋਸ ਪ੍ਰਗਟ ਕਰਦੇ ਆ ਵੀ ਸਾਡੇ ਨਾਲ ਨਿਆਂ ਨਹੀਂ ਹੋ ਰਿਹਾ ਕੇਸਰੀ ਸਾਡੇ ਝੰਡੇ ਨੇ ਜਿਹੜੇ ਸਾਡੇ ਉਹ ਪੰਥ ਦੇ ਨੇ ਖਾਲਸੇ ਦੇ ਨੇ ਜਿਹੜੇ ਕੈਨੇਡਾ ਅਮਰੀਕਾ 'ਚ ਝੂਲਦੇ ਨੇ ਨਿਸ਼ਾਨ ਸਾਹਿਬ ਕੇਸਰੀ ਉਹ ਸਾਡੇ ਸਿੱਖਾਂ ਦੇ ਤਹਿਤ ਜਿਹੜੇ ਕੋਈ ਬਣਦੇ ਨੇ ਗੁਰੂ ਸਾਹਿਬ ਨੇ ਚਲਾਏ ਨੇ ਉਹ ਸਾਡੇ ਨਿਸ਼ਾਨ ਸਾਹਿਬ ਕੇਸਰੀ ਜਿਹੜਾ ਸਾਡੀ ਅਗਵਾਹੀ ਕਰਦਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਅਗਵਾਹੀ ਚ ਜਿਹੜੇ ਕੇਸਰੀ ਨਿਸ਼ਾਨ ਝੂਲਣਗੇ ਇਹ ਸਾਡਾ ਮੋਰਚ ਜਿਹੜਾ ਹੋਊਗਾਗਾ ਮਾਰਚ ਹੋਊਗਾ ਇਹ ਸਾਡਾ ਉਹਨਾਂ ਗੁੰਗੀਆਂ ਬੋਲੀਆਂ ਸਰਕਾਰਾਂ ਤੱਕ ਮੈਸੇਜ ਦੇਣਾ ਆਵਾਜ਼ ਪਹੁੰਚਾਉਣੀ ਸਾਡਾ ਪ੍ਰੋਟੈਸਟ ਕਰਨਾ ਇਸ ਤੋਂ ਇਹ ਆਵਾਜ਼ ਨੂੰ ਸੁਣ ਕੇ ਉਸ ਇਕੱਠ ਨੂੰ ਵੇਖ ਕੇ ਸਾਡੀਆਂ ਮੰਗਾਂ ਨੇ ਜੋ ਤੇ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਅੰਗ ਪਾੜੇ ਜਾਂਦੇ ਨੇ ਤੇ ਉਸ ਤੇ ਕਾਨੂੰਨ ਬਣੇ ਜਿਹੜੇ ਕੋਈ ਬਿਆਦਬੀ ਕਰਦਾ ਉਹਨਾਂ ਨੂੰ ਸਲਾਖਾਂ ਦੇ ਪਿੱਛੇ ਕਰੇ ਤੇ ਉਹਨਾਂ ਨੂੰ ਫਾਂਸੀ ਦਾ ਫੰਦੇ ਤੇ ਲਟਕਾਇਆ ਜਾਵੇ ਉਹ ਤੇ ਇੱਕ ਕਾਨੂੰਨ ਬਣੇ ਕੋਈ ਕੱਲ ਨੂੰ ਸਾਡੇ ਗੁਰੂ ਗ੍ਰੰਥ ਸਾਹਿਬ ਤੇ ਕੋਈ ਟੈਕ ਨਾ ਕਰੇ ਹਰੇਕ ਧਰਮ ਦੀ ਰਿਸਪੈਕਟ ਹੋਣੀ ਚਾਹੀਦੀ ਹੈ ਕਿਸੇ ਵੀ ਧਰਮ ਨੂੰ ਅਸੀਂ ਕਹਿੰਦੇ ਵੀ ਰਿਸਪੈਕਟ ਹੋਣੀ ਚਾਹੀਦੀ ਹੈ ਕਿਸੇ ਧਰਮ ਤੇ ਕਿੰਤੂ ਪ੍ਰੰਤੂ ਨਾ ਇਸ ਗੱਲ ਤੇ ਹੋਵੇ ਅਸੀਂ ਚਾਹੁੰਦੇ ਆ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜੇ ਜਾਂਦੇ ਨੇ ਇੱਥੇ ਕਾਨੂੰਨ ਬਕਾਇਦਾ ਬਣੇ ਤੇ ਬੰਦੀ ਸਿੰਘ ਬਾਰੇ ਹੁਣ ਅਸੀਂ ਜਿਹੜਾ ਮਾਰਚ ਕਰਨਾ ਉਹ ਗੁੰਗੀਆਂ ਬੋਲੀਆਂ ਸਰਕਾਰਾਂ ਤੱਕ ਮੈਸੇਜ ਲਾਉਣਾ ਅਸੀਂ ਸ਼ਾਂਤਮਈ ਰਹਿ ਕੇ ਚਾਹੁੰਦੇ ਆ ਵੀ ਸਾਡਾ ਜਿਹੜੇ ਭਰਾ ਨੇ ਛੱੜਨੇ ਚਾਹੀਦੇ ਨੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਤੇ ਬੇਅਦਬੀਆਂ ਹੋਈਆਂ ਬਾਬਾ ਜੀ ਹੁਣ ਜਾਂਦਿਆਂ ਦੇ ਸਾਡੇ ਜਿਹੜੇ ਦਰਸ਼ਕ ਦੇਖ ਰਹੇ ਨੇ ਜਿਹੜੇ ਹੁਣ ਇੱਥੇ ਪਹੁੰਚ ਨਹੀਂ ਰਹੇ ਨੌਜਵਾਨ ਨੌਜਵਾਨ ਪੀੜੀ ਵੱਤੋ ਵੱਤ ਪਹੁੰਚ ਪਹੁੰਚਣੀ ਚਾਹੀਦੀ ਹੈ ਤੇ ਜਿਵੇਂ ਕਿਸਾਨੀ ਅੰਦੋਲਨ ਦੇ ਵਿੱਚ ਕਿਲੋਮੀਟਰਾਂ ਤੱਕ ਅੰਦੋਲਨ ਆਪਣਾ ਲੱਗਿਆ ਸੀਗਾ ਮੋਰਚਾ ਲੱਗਿਆ ਸੀਗਾ ਕਾਫੀ ਦੂਰ ਤੱਕ ਵੀ ਆਪਣੇ ਬਾਈਪੀਐਸ ਚੌਂਕ ਤੱਕਲੇ ਕਾਫੀ ਲੱਗੇ ਹੋਏ ਨੇ ਗੱਡੀਆਂ ਖੜੀਆਂ ਨੇ ਪਰ ਇਹ ਅੰਦੋਲਨ ਓਡਾ ਵੱਡਾ ਨਹੀਂ ਹੋ ਰਿਹਾ ਦੇਖੋ ਜੀ ਅੰਦੋਲਨ ਜ ਹੋਊਗਾ ਸਾਰਾ ਕੋਈ ਬਾਰਸ ਦਾ ਟਾਈਮ ਹੈ ਜਿਵੇਂ ਕੋਈ ਬਹੁਤ ਸਾਰੀ ਸੰਗਤ ਨਾਲ ਦੀ ਨਾਲ ਜਾਈ ਜਾਂਦੀ ਹੈ ਜੇ ਸੰਗਤ ਇੱਕ ਕਾਲ ਨੂੰ ਡੀਕਦੀ ਐ। ਅੱਛਾ ਕੋਈ ਕਾਲ ਅੱਗੇ ਜਿੰਮੇ ਸਾਡਾ ਹੋਊਗਾ ਜੇ ਸਾਨੂੰ ਅੱਗੇ ਸਰਕਾਰਾਂ ਕੋਈ ਨਾਂ ਬੋਲਣਗੇ ਚੁੱਪ ਬੱਟੀ ਰੱਖਣਗੇ ਅਗਲਾ ਪਲੈਨ ਅਸੀਂ ਬਹੁਤ ਜਲਦੀ ਲੈ ਕੇ ਆਵਾਂਗੇ ਮਹਾਰਾਜ ਕਿਰਪਾ ਕਰ ਨੌਜਬਾਨੀ ਸਾਡੇ ਭਰਾ ਵੀਰ ਬਜ਼ੁਰਗ ਬਾਪੂ ਸਾਡੀਆਂ ਭੈਣਾਂ ਸਾਰੇ ਪਹੁੰਚ ਰਹੇ ਨੇ ਤੇ ਕਈ ਇੱਕ ਬਾਰਸ ਦਾ ਟਾਈਮ ਕਰਕੇ ਕਈ ਵਾਪਸ ਚਲੇ ਜਾਂਦੇ ਨੇ ਮੁੜੇ ਆਉਂਦੇ ਨੇ ਇਕੱਠ ਬਹੁਤ ਵੱਡੇ ਰੂਪ ਦੇ ਵਿੱਚ ਹੈਗਾਗਾ ਤੇ ਹੋਊਗਾ ਵੀ ਇਹ ਸਾਡਾ ਜਦੋਂ ਪਿਛਲੇ ਮੋਰਚਾਂ ਚ ਜਦੋਂ ਕੌਮ ਨੂੰ ਕਦੋਂ ਕੋਈ ਮੋਰਚੇ ਵਿੱਕ ਜਾਂਦੇ ਨੇ ਜਾਂ ਆਗੂ ਝੁੱਕ ਜਾਂਦੇ ਨੇ ਉਸ ਕਰਕੇ ਜਦੋਂ ਕੌਮ ਨੂੰ ਸੰਗਤ ਨੂੰ ਠੇਸ ਪਹੁੰਚਦੀ ਹੈ ਵਾਰ-ਵਾਰ ਮੋਰਚੇ ਲਾਉਣ ਦੀ ਪੈਂਦੀ ਹੈ ਜੇ ਕੌਮ ਨੂੰ ਠੇਸ ਨਾ ਪਹੁੰਚੇ ਸਾਡੇ ਆਗੂਆਂ ਨੂੰ ਵੀ ਮੇਰੀ ਬੇਨਤੀ ਹੈ ਇਸ ਇੰਟਰਨੈਟ ਦੇ ਜ਼ਰੀਏ ਸਾਡੀ ਸਪੀਚਾਂ ਤੇ ਵੀ ਇਹੀ ਗੱਲਬਾਤ ਹੋਈ ਹੈ ਸਟੇਜ ਤੇ ਜਦੋਂ ਮੌਕਾ ਮਿਲਦਾ ਜੋ ਪਿਛਲੇ ਸਮੇਂ ਦੇ ਵਿੱਚ ਸੰਗਤ ਨੂੰ ਜਿਹੜਾ ਠੇਸ ਪਹੁੰਚਿਆ ਮੋਰਚਿਆਂ ਦੇ ਵਿੱਚ ਜਾਂ ਝੁੱਕ ਗਏ ਲਾ ਲੋ ਜਾਂ ਬਿਕ ਗਏ ਲਾ ਲੋ ਜਾਂ ਜਿੱਦਾਂ ਵੀ ਕਹਿ ਸਕਦੇ ਆ ਜਿਹੜਾ ਸਰਕਾਰ ਸੰਗਤ ਨੂੰ ਠੇਸ ਪਹੁੰਚਿਆ ਇਦਾਂ ਦੀ ਕੋਈ ਠੇਸ ਨਾ ਪਹੁੰਚੇ ਸੰਗਤ ਹਮੇਸ਼ਾ ਕਦੇ ਸੰਗਤ ਨੇ ਪਿੱਠ ਨਹੀਂ ਦਿਖਾਈ ਕੋਈ ਕਿਸੇ ਵੀ ਤਰ੍ਹਾਂ ਆਰਥਿਕ ਤੌਰ ਤੇ ਹੋਵੇ ਚਾਹ ਉਹ ਹੱਥਾਂ ਦੀ ਮਿਹਨਤ ਪੈਸੇ ਦੀ ਗੱਲ ਹੋਵੇ ਕੋਈ ਰਾਸ਼ਨ ਦੀ ਹੋਵੇ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਮੋਰਚੇ ਨੂੰ ਸਾਥ ਭਰਾ ਸਾਡੇ ਪੰਜਾਬ ਤੋਂ ਲੈ ਕੇ ਦੇਸ਼ਾਂ ਵਿਦੇਸ਼ਾਂ ਤੱਕ ਮੋਰਚੇ ਨੂੰ ਸਾਥ ਦਿੰਦੇ ਨੇ ਵੀ ਇਸ ਤਰ੍ਹਾਂ ਦਾ ਜਿਹੜਾ ਸੰਗਤ ਨਾ ਕੋਈ ਇਹੋ ਜਿਹਾ ਨਾ ਹੋਵੇ ਬਾਪੂ ਜੀ ਨੇ ਬਕਾਇਦਾ ਇਹ ਤਾਂ ਕਹਿ ਵੀ ਦਿੱਤਾ ਹੈਗਾ ਵੀ ਸੰਗਤ ਦੇ ਜੋ ਵੀ ਗੱਲਬਾਤ ਉਹ ਸੰਗਤ ਦੇ ਸਾਹਮਣੇ ਹੋਊਗੀ ਵੀ ਜੋ ਪਿਛਲੇ ਮੋਰਚਿਆਂ 'ਚ ਹੋਇਆ ਉਹ ਗੱਲ ਨਾ ਹੋਵੇ ਸੰਗਤ ਨੂੰ ਦੁਬਾਰਾ ਖੜਾ ਹੋਣਾ ਬਹੁਤ ਔਖਾ ਹੈਗਾ ਇਹ ਸਿੱਖ ਤਾਂ ਦਾ ਅਖੀਰੀ ਮੋਰਚਾ ਲੱਗਿਆ ਹੈਗਾ ਤੇ ਇਸ ਤਰ੍ਹਾਂ ਜੇ ਅਸੀਂ ਮੋਰਚੇ ਦੀ ਜਿੱਤ ਦੀ ਪ੍ਰਾਪਤੀ ਕਰਦਾ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਵੱਡੇ ਰੂਪ ਦੇ ਵਿੱਚ ਅਸੀਂ ਕਟ ਕਰਾਂਗੇ ਸਾਨੂੰ ਨਿਆਂ ਨਹੀਂ ਮਿਲ ਰਿਹਾ ਇਸ ਨਿਆਂ ਦੇ ਮਿਲਣ ਕਾਰਨ ਹੀ ਸਾਨੂੰ ਮਿਲ ਨਹੀਂ ਰਿਹਾ ਜੇ ਨਿਆਂ ਅਸੀਂ ਤਾਂ ਮੋਰਚੇ ਲਾਉਣ ਦੀ ਸਾਨੂੰ ਲੋੜ ਪਈ ਹੈ ਤਾਂ ਸਾਨੂੰ ਛੜਕਾਂ ਤੇ ਬੈਠਣ ਦੀ ਵਾਰਸ ਦੇ ਵਿੱਚ ਲੋੜ ਪਈ ਹੈ ਜੇ ਹਾਈ ਕੋਰਟ ਸੁਪਰੀਮ ਕੋਰਟ ਹਾਈ ਕੋਰਟ ਆਪਣੇ ਜਵਾਨ ਨੂੰ ਤੇ ਕੰਨਾਂ ਨੂੰ ਜਿਹੜਾ ਚੁੱਪ ਬਟਕੇ ਰੱਖੀ ਬੈਠੀ ਹੈ ਸਾਨੂੰ ਲੋੜ ਨਹੀਂ ਸੀ ਪੈਣੀ ਤੇ ਬਾਬਾ ਜੀ ਹੁਣ ਜਾਂਦੇ ਆਂਦੇ ਤੁਸੀਂ ਸੰਦੇਸ਼ ਦੇ ਦਿਓ ਜਿਹੜਾ ਤੁਸੀਂ ਨੇ ਜਕਾਰਾ ਲਾਇਆ ਸੀਗਾ ਪਿਛਲੇ ਸਾਲ ਜਦੋਂ ਤੁਸੀਂ 26 ਜਨਵਰੀ ਦੇ ਨਾ ਪਰੇਡ ਦੇ ਵਿੱਚ ਸ਼ਾਮਲ ਹੋਏ ਸੀਗੇ ਟਾਗਰਾ ਕੀਤਾ ਸੀ ਉਹਨਾਂ ਦਾ ਪੁਲਿਸ ਵਾਲਿਆਂ ਦਾ ਤੇ ਉਹ ਜਕਾਰੇ ਦੇ ਨਾਲ ਸੰਦੇਸ਼ ਦੇ ਆਪਣੇ ਨੌਜਵਾਨਾਂ ਨੂੰ ਅੱਜ ਕੱਲ ਜਿਹੜੇ ਤੁਸੀਂ ਜਿਹੜਾ ਉੱਥੇ ਜਕਾਰਾ ਲਾਇਆ ਸੀ ਉਹਦੇ ਨਾਲ ਸਮਾਪਤੀ ਕਰਦੇ ਆਂ ਜੀ ਆਪਾਂ ਦੇਖੋ ਜੀ ਜਕਾਰਾ ਗੁਰੂ ਸਾਹਿਬ ਦੀ ਬਖਸ਼ਿਸ਼ ਹੈ ਕਿਉਂਕਿ ਇਸੀ ਕਦੇ ਵੀ ਜਕਾਰਾ ਲਾਉਣੇ ਆਪਾਂ ਦਿਲ ਤੋਂ ਲਾਈਏ ਹਨ ਕੋਈ ਫਾਰਮੈਲਿਟੀ ਨਾ ਹੋਵੇ ਜਦੋਂ ਗੁਰੂ ਸਾਹਿਬ ਦੀ ਬਖਸ਼ਿਸ਼ ਹੁੰਦਾ ਜਕਾਰਾ ਹੁੰਦਾ ਜਾਂ ਸਾਡੀ ਜਿੱਤ ਦੀ ਪ੍ਰਾਪਤੀ ਦੇ ਜਕਾਰੇ ਹੁੰਦੇ ਨੇ ਜੇ ਨੰਗਾਰੇ ਤੇ ਚੋਟ ਲੱਗਦੀ ਸੀ ਉਦੋਂ ਅਸੀਂ ਜਿੱਤ ਦੀ ਪ੍ਰਾਪਤੀ ਜਾਂ ਸੀ ਜੰਗ ਦੇ ਦੁਸ਼ਮਣ ਨਾਲ ਜੰਗ ਲੜਨ ਜਾਂਦੇ ਹੁੰਦੇ ਸੀ ਜਾਂ ਸਾਡੀ ਜਿੱਤ ਦੀ ਪ੍ਰਾਪਤੀ ਹੁੰਦੀ ਸੀ ਜੂ ਜਕਾਰੇ ਵੀ ਅਸੀਂ ਲਾਉਣੇ ਆ ਕਈ ਵਾਰੀ ਉਹਦੀ ਕੋਈ ਤੋ ਫਾਰਮੈਲਟੀ ਹੋ ਜਾਂਦੀ ਹੈ ਉਦਾਂ ਦੀ ਕੋਈ ਫਾਰਮੈਲਟੀ ਨਹੀਂ ਹੋਣੀ ਚਾਹੀਦੀ ਚਲੋ ਗੁਰੂ ਸਾਹਿਬ ਦੀ ਕਿਰਪਾ ਨਾਲ ਜਦੋਂ ਜਿੱਤ ਦੀ ਪ੍ਰਾਪਤੀ ਹੋਏ ਸੀ ਜਕਾਰੇ ਤੇ ਨਗਾਰੇ ਤੇ ਚੋਟ ਸਾਡਾ ਪੰਥ ਲਾਉਂਦਾ ਰਿਹਾ ਤੇ ਲਾਉਂਦੇ ਰਹਿਣਾ ਜਦੋਂ ਸਾਡੀ ਜਿੱਤ ਦੀ ਪ੍ਰਾਪਤੀ ਹੋਏ ਸੀ ਬਹੁਤ ਖੁੱਲੇ ਤੌਰ ਤੇ ਸੀ ਜਕਾਰੇ ਵੀ ਛੱਡਾਂਗੇ ਤੇ ਨਗਾਰੇ ਵੀ বাজਾਵਾਂਗੇ ਤੇ ਗੁਰੂ ਸਾਹਿਬ ਕਿਰਪਾ ਕਰਨ ਸੱਚੇ ਪਾਤਸ਼ਾਹ ਤੇ ਜਕਾਰਾ ਆਪਾਂ ਲਾ ਦਿੰਨੇ ਹਾਂ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਬੋਲੇ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਬਾਬਾ ਜੀ ਤੁਹਾਡਾ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਤੇ ਸੰਨ ਸਾਡੇ ਨਾਲ ਜੱਗੀ ਬਾਬਾ ਜੀ ਤੇ ਜੋ 26 ਜਨਵਰੀ ਪਿਛਲੇ ਸਾਲ ਡੱਟ ਕੇ ਲੜੇ ਸੀ ਇਕੱਲੇ ਹੀ ਸੀਗੇ ਜੋ ਇਹਨਾਂ ਨੇ ਆਪਣੇ ਇਹਨਾਂ ਦੇ ਵਾਲ ਵੀ ਖਿੰਡ ਗਏ ਸੀ ਤੇ ਇਹਨਾਂ ਦੇ ਸੱਟ ਵੀ ਲੱਗੀ ਸੀਗੀ ਸਿਰ ਤੇ ਤੇ ਇਹਨਾਂ ਸਟicker ਵੀ ਕਾਫੀ ਬੀਕੇ ਆ ਨੌਜਵਾਨਾਂ ਦੇ ਵਿੱਚ ਨੌਜਵਾਨਾਂ ਨੇ ਡੀਪੀ ਵੀ ਲਾਈ ਸੀ WhatsApp ਤੇ ਤੇ ਹੁਣ ਵੀ ਇਹ ਤਿਆਰ ਨੇ ਇਕ قومی ਮੋਰਚਾ ਹੈ ਤੇ ਉਹ ਕਿਸਾਨ ਮੋਰਚਾ ਸੀ ਫਰਕ ਸਭ ਸਿਰਫ ਇਹ ਨਹੀਂ ਹੈ ਤੇ ਇੱਥੇ ਸਾਰੇ ਸਿੱਖ ਇਕੱਠੇ ਹੋਏ ਹੋਏ ਨੇ ਉੱਥੇ ਸਾਰੇ ਕਿਸਾਨ ਇਕੱਠੇ ਹੋਏ ਸੀ ਕਿਸਾਨਾਂ ਦਾ ਮੁੱਦਾ ਸੀ ਤੇ ਸਿੱਖਾਂ ਦਾ ਮੁੱਦਾ ਹੈ قومی ਮੋਰਚਾ ਲੱਗਿਆ ਹੋਇਆ ਹੈ ਤੇ ਕੱਲੂ ਰੋਸ ਮਾਰਚ ਵੀ ਹੋਣਾ ਹੈ ਬੰਦੀ ਸਿੰਘਾਂ ਦੀ ਰਿਹਾਈ ਲਈ ਇਹ ਹੁਣ ਆਉਣ ਵਾਲਾ ਸਮਾਂ ਦੱਸੇਗਾ ਵੀ ਉਹਨਾਂ ਦੀ ਰਿਹਾਈ ਕਦੋਂ ਹੁੰਦੀ ਹੈ ਸਰਕਾਰ ਕਦੋਂ ਮੰਦੀ ਹੈ ਸਰਕਾਰ ਤੱਕ ਗੱਲ ਕਦੋਂ ਪਹੁੰਚਦੀ ਹੈ ਤੇ ਮੇਰੇ ਨਾਲ ਕੈਮਰਾਮੈਨ ਸੀਐਮ ਤੁਸੀਂ ਦੇਖ ਰਹੇ ਹੋ ਪਿੰਡੂ ਟੀਵੀ ਧੰਨਵਾਦ